ਤੇ ਪਾਕਿਸਤਾਨ ਇਹ ਗਿਆ ਤੇ ਉੱਥੇ ਇਹਨੂੰ ਅਸਲੀ ਬੱਬਰ ਸ਼ੇਰ ਮਿਲ ਗਿਆ ਆਹ ਵੱਡਾ ਲੰਮਾ ਸਾਰਾ ਉੱਚਾ 7 ਫੁੱਟਾ ਗੱਭਰੂ ਦੋਸਤੋ ਇਧਰੋਂ ਮਿਲੋ ਜੀ ਸ਼ੇਰ ਨੂੰ ਜਿਹੜਾ ਫਿਲਮਾਂ ਦੇ ਵਿੱਚ ਨਲਕੇ ਪੜਦਾ ਸੀਗਾ ਬੜਾ ਜ਼ੋਰ ਲਾਉਂਦਾ ਸੀ ਫਿਲਮਾਂ ਦੇ ਵਿੱਚ ਤਾਂ ਤੇ ਇਹ ਫੋਟੋ ਉਦੋਂ ਦੀ ਹੈ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਤੇ ਪਾਕਿਸਤਾਨ ਇਹ ਗਿਆ ਤੇ ਉੱਥੇ ਇਹਨੂੰ ਅਸਲੀ ਬੱਬਰ ਸ਼ੇਰ ਮਿਲ ਗਿਆ ਆਹ ਵੱਡਾ ਲੰਮਾ ਸਾਰਾ ਉੱਚਾ 7 ਫੁੱਟਾ ਗੱਭਰੂ ਤੇ ਇਹਦੇ ਸਾਹਮਣੇ ਤੇ ਇਹ ਜਿਹੜਾ ਆ ਬੱਚਾ ਜਿਹਾ ਲੱਗੇ ਜਿੱਦਾਂ ਸ਼ੇਰ ਦੇ ਸਾਹਮਣੇ ਬਿੱਲੀ ਹੁੰਦੀ ਆ ਤੇ ਉੱਥੇ ਪਤਾ ਲੱਗਿਆ ਹੁਣ ਤੱਕ ਪਾਕਿਸਤਾਨ ਦੇ ਖਿਲਾਫ ਇਹਨੇ ਜ਼ਹਿਰ ਹੀ ਘੋਲੀ ਆ ਪਰ ਪਾਕਿਸਤਾਨ ਦਾ ਪਿਆਰ ਦੇਖ ਕੇ ਤੇ ਇਹ ਵੀ ਕਾਇਲ ਹੋਇਆ ਪਰ ਅੱਜ ਕੱਲ੍ਹ ਹੁਣ ਪਤਾ ਨਹੀਂ ਜਿਹੜੀ ਕਿਹੜੀ ਮਾਂ ਬਸੰਤੀ ਦੀ ਕੁੱਛੜ ਵੜਿਆ ਆ ਵੈਸੇ ਬਸੰਤੀ ਨੇ ਨਹੀਂ ਕੁੱਛੜ ਬਣ ਦੇਣਾ ਉਹ ਤਾਂ ਮਤਰੇਈ ਮਾਂ ਆ ਤੇ ਪ੍ਰਕਾਸ਼ ਕੌਰ ਉਦਾਂ ਲਾਹਣ ਤਾਂ ਪਾਉਂਦੀ ਹੋਣੀ ਆ ਵੀ ਇਹ ਕਿੱਥੇ ਮਰਿਆ ਆ ਵੀ ਪ੍ਰਕਾਸ਼ ਕੌਰ ਤਾਂ ਪੰਜਾਬ ਦੀ ਧੀ ਆ ਉਹਨੇ ਤਾਂ ਬੜਾ ਸੋਚਿਆ ਪੰਜਾਬ ਦਾ ਸੋਚਦੀ ਰਹੀ ਆ ਪੰਜਾਬ ਦੀ ਬਣੀ ਰਹੀ ਉਸ ਸ਼ੁਰੂ ਤੋਂ ਹੀ ਪਰ ਇਹ ਪਤਾ ਨਹੀਂ ਕਿੱਥੇ ਮਰਿਆ ਹੁਣ ਵੀ ਕਿਸਾਨਾਂ ਵਾਸਤੇ ਨਹੀਂ ਖੜਦਾ ਕਿਤੇ ਹੋਰ ਨਹੀਂ ਖੜਦਾ ਉਹ ਲੰਬੋ ਲੁਬੋ ਇਹ ਬਿੱਲੀ ਨੂੰ ਕਿਤੇ ਸ਼ੇਰ ਤੋਂ ਡਰਦੀ ਕਿਤੇ ਲੁਕ ਤਾਂ ਨਹੀਂ ਗਈ ਲੱਭ ਲਿਓ ਭਰਾਵੋ ਤੁਸੀਂ ਵੀ ਲੱਭੋ ਵੀ ਆਸੇ ਵਾਲੇ ਆਲੇ ਦੁਆਲੇ ਹਾਂ ਲੱਭੋ ਲੱਭੋ ਲੱਭੋ